ਗੋਡੇ ਗੋਡੇ ਚਾਚੇ ਨਾਲ ਤਾਂ ਵਿਆਹ ਤਾਂ ਬੜਾ ਔਖਾ ਹੋਇਆ ਸੀਗਾ। ਬਹੁਤ ਔਖਾ ਹੋਇਆ ਜੀ, ਅਸਲ ਜ਼ਿੰਦਗੀ ਚ ਵੀ ਉਹ ਵੀ ਹੋ ਰਿਹਾ ਜੀ। ਫਿਰ ਤੁਹਾਨੂੰ ਲੱਗਦਾ ਕਿ ਤੁਹਾਡੇ ਟਾਈਮ ਤੇ ਜਦੋਂ ਤੁਸੀਂ ਬਚਪਨ ਤੇ ਵੀ ਸੀਗੇ ਤੁਹਾਨੂੰ ਤਾਂ ਆਪਸ਼ਨ ਮਿਲਦਾ ਤੇ ਹਾਊ ਯੂ ਵੁੱਡ ਹੈਵ ਰਿਐਕਟਡ? ਹੈਲੋ, ਵੀ ਆਰ ਸਟਿਲ ਇਨ ਬਚਪਨ। ਵਾਟ ਡੂ ਯੂ ਮੀਨ ਬਾਈ ਤੁਹਾਡੇ ਟਾਈਮ ਤੇ? ਦੋ ਐਕਟਰਸ, ਦੋ ਕਲਾਕਾਰ ਇਕੱਠੇ ਹੋਏ ਨੇ। ਹਾਈ ਗੁਰਜੈਸ, ਹਾਊ ਆਰ ਯੂ ਫੀਲਿੰਗ ਵੌਇਸ ਆਫ ਪੰਜਾਬ ਦੇ ਸੈੱਟ ਤੇ ਆ ਗਏ? ਸਭ ਤੋਂ ਪਹਿਲੇ ਠੰਡਾ ਠੰਡਾ ਫੀਲ ਹੋ ਰਿਹਾ ਜੀ। ਨਵੀਂ ਜਨਰੇਸ਼ਨ ਆ ਰਹੀ ਹੈ, ਕਿੰਨੀ ਜ਼ਿਆਦਾ ਸਿੱਖ ਕੇ ਆ ਰਹੀ ਹੈ, ਮਤਲਬ ਕਿ ਕਿੰਨੇ ਛੋਟੇ ਛੋਟੇ ਬੱਚੇ ਨੇ, ਕਿੰਨਾ ਸੋਹਣਾ ਗਾਉਂਦੇ ਨੇ, ਕਿੰਨਾ ਬਹੁਤ ਸੋਹਣਾ ਗਾ। ਮਤਲਬ ਕਿ ਤਕਰੀਬਨ ਸਾਰਿਆਂ ਦੀ ਪਰਫਾਰਮੈਂਸ ਹੋ ਚੁੱਕੀਆਂ ਨੇ, ਇੱਕ ਨਹੀਂ ਹੈਗੀ। ਬਹੁਤ ਟੈਲੈਂਟਡ ਨੇ ਨਵੇਂ ਬੱਚੇ। ਤੇ ਤੁਹਾਨੂੰ ਲੱਗਦਾ ਇਹ ਕੰਫੀਡੈਂਸ ਬਹੁਤ ਬਹੁਤ ਜ਼ਿਆਦਾ? ਤੁਹਾਨੂੰ ਲੱਗਦਾ ਕਿ ਤੁਹਾਡੇ ਟਾਈਮ ਤੇ ਜੋ ਤੁਸੀਂ ਬਚਪਨ ਦੇ ਵਿੱਚ ਸੀਗੇ ਤੁਹਾਨੂੰ ਤਾਂ ਆਪਸ਼ਨ ਮਿਲਦਾ ਤੇ ਹਾਊ ਯੂ ਵੁੱਡ ਹੈਵ ਰਿਐਕਟਡ? ਹੈਲੋ, ਵੀ ਆਰ ਸਟਿਲ ਇਨ ਬਚਪਨ। ਵਾਟ ਡੂ ਯੂ ਮੀਨ ਬਾਈ ਤੁਹਾਡੇ ਟਾਈਮ ਤੇ? ਬਟ ਅਸੀਂ ਐਂ ਕਹਿ ਸਕਦੇ ਵੀ ਜਦੋਂ ਥੋੜੇ ਜਿਹੇ ਹੋਰ ਛੋਟੇ ਹੁੰਦੇ ਸੀ, ਐਂ ਕਹਿ ਸਕਦੇ ਹੋ। ਚਲੋ ਗੱਲ ਨੂੰ ਥੋੜਾ ਜਿਹਾ ਸ਼ੂਗਰ ਕੋਟ ਕਰਦੇ ਹੋਏ, ਗੱਲ ਨੂੰ ਲਕੋ ਲਕੋ ਕੇ, ਇਹਨਾਂ ਦੇ ਗਾਣਿਆਂ ਨੂੰ ਇਗਨੋਰ ਕਰਕੇ, ਇਹਨਾਂ ਦੀ ਫਿਲਮਾਂ ਨੂੰ ਇਗਨੋਰ ਕਰਕੇ ਆਪਾਂ ਬੈਕ ਚ ਜਾਂਦੇ ਆ, ਠੀਕ ਹੈ, ਪਾਸਟ ਚ ਜਾਂਦੇ ਆ, ਜਿਸ ਤੇ ਪਰਫਾਰਮ ਕਰਨ ਵੇਲੇ ਜਾਂ ਤੁਹਾਡੀ ਇਸ ਪਹਿਲੀ ਪਰਫਾਰਮੈਂਸ ਹੁੰਦੀ ਸਟੇਜ ਤੇ? ਨਹੀਂ, ਇਹ ਇੱਡੇ ਵੱਡੇ ਪਲੇਟਫਾਰਮ ਤੱਕ ਤਾਂ ਅਸੀਂ ਸੋਚ ਨਹੀਂ ਸਕਦੇ ਸੀਗੇ। ਇਦਾਂ ਸਕੂਲਾਂ ਵਿੱਚ ਉਹ ਇਦਾਂ ਫਿਰਦੇ, ਜਿਹੜੇ ਗਲੀਆਂ ਚ ਗੁੱਲੀ ਡੰਡੇ ਖੇਡਦੇ, ਇਹ ਪੀਚਵਾ ਖੇਡਦੇ ਫਿਰਦੇ ਹੋਣੇ, ਸਟੈਪੂ। ਹਾਂ, ਉਹਨੂੰ ਸਾਨੂੰ ਕਿੱਥੇ ਇੰਨੀ ਛੋਟੀ ਉਮਰ ਚ ਕੁਝ ਪਤਾ ਸੀਗਾ। ਕਈ ਵਾਰੀ ਇੱਕ ਵਾਰੀ ਬੜਾ ਸਮਾਰਟ ਬਣ ਕੇ ਆਈ ਟ੍ਰਾਈਡ ਆਪਣੇ ਫਰੈਂਡਾਂ ਨੂੰ ਪੁੱਠੀ ਬੈਗ ਤੋਂ ਕਿੱਕਲੀ ਪਾਉਂਦੇ ਆ, ਉਹ ਹੱਥ ਛੁੱਟ ਗਿਆ ਤੇ ਆਪਣਾ ਨੱਕ ਛੁੱਟ ਗਿਆ, ਹੱਥ ਛੁੱਟ ਗਿਆ ਤੇ ਮੇਰੇ ਤਾਂ ਉਹ ਵੀ ਨੇ ਨਾ, ਦੇਖੋ ਸਾਰਾ ਆ ਲੱਗਦਾ ਹੈ ਪੁੱਛਣੀ ਲੱਗੀ ਸੀਗੀ ਕਿ ਅਸੂ ਤਾਂ ਮਤਲਬ ਕਿ ਤੁਸੀਂ ਜੇ ਕੋਈ ਸਵਾਲ ਲਾਓ ਤਾਂ ਮੈਂ ਜਵਾਬ ਦੇ ਨਹੀਂ ਪਾਇਆ, ਜਵਾਬ ਦੇ ਨਹੀਂ ਪਾਇਆ। ਜਦੋਂ ਬੱਚੇ ਸੀਗੇ ਕਿਸੇ ਦੇ ਬੈਟ ਵੱਜ ਗਿਆ, ਕਿਸੇ ਦੇ ਨਾਲੀ ਚ ਗਿਰ ਗਿਆ, ਕੋਈ ਕੀ ਹੋ ਗਿਆ। ਤੇ ਇੱਥੇ ਬੈਠੇ ਇਹਨਾਂ ਦੀ ਗੱਲਾਂ ਜੇ ਬੱਚੇ ਸੁਣ ਲੈਣ, ਉਹਨਾਂ ਨੇ ਕਹਿਣਾ ਅਸੀਂ ਸਹੀ ਹੈਗੇ। ਇਹ ਤਾਂ ਬਹੁਤ ਸਮਾਰਟ ਨੇ, ਤਾਂ ਹੁੰਦੀ ਜਾਂਦੇ ਨੇ, ਮੈਂ ਤਾਂ ਨਾਸਾਂ ਵੀ ਪੁੱਛਣੀਆਂ ਆਉਂਦੀਆਂ, ਉਹ ਵੀ ਮੰਮਾ ਕੋਲ ਜਾਈਦਾ ਸੀ, ਮੰਮਾ ਨਾ ਇਹ ਕੁਝ ਜ਼ਿਆਦਾ ਹੀ ਇਨਰ ਗੱਲਾਂ ਰਿਵੀਲ ਹੋ ਗਈਆਂ। ਇਹ ਬਹੁਤ ਟਾਈਮ ਤੋਂ ਸਾਡੇ ਤੁਸੀਂ ਵੀ ਕੁਝ ਕਹੀ ਦੋ। ਬਹੁਤ ਵਧੀਆ ਨੇ, ਬਹੁਤ ਵਧੀਆ। ਇਹ ਤਾਂ ਬਸ ਇੰਨਾ, ਮੈਂ ਤਾਂ ਫਸਟ ਟਾਈਮ ਮਿਲਿਆ ਸੀ, ਬਟ ਬਿਲਕੁਲ ਨਹੀਂ ਲੱਗਿਆ ਕਿ ਫਸਟ ਟਾਈਮ ਮਿਲਿਆ। ਸੱਚ ਇੱਕ ਗੁੱਡ ਪਰਸਨੈਲਿਟੀ, ਸੱਚ ਔਰ ਡਾਊਨ ਟੂ ਅਰਥ ਮੈਂ ਵੀ ਕਹਿ ਸਕਦੀ ਹਾਂ। ਅਸੀਂ ਵੀ ਕਿਹਾ ਸੀ ਵੀ ਇੱਕ ਦੂਜੇ ਦੀ ਤਾਰੀਫ ਕਰਾਂਗੇ ਤਾਂ ਇਹ ਗੱਲਾਂ ਹੋਣਗੀਆਂ। ਉਹਨਾਂ ਨੇ ਕਿਹਾ ਜਿਹੜਾ ਪਾਰਟਰ ਸਿਸਟਮ ਇਦਾਂ ਝੂਠ ਹੈ। ਤੇ ਹੁਣ ਗੱਲ ਕਰੀਏ ਇਹਨਾਂ ਦੀ ਫਿਲਮਾਂ, ਤੁਹਾਨੂੰ ਇਹਨਾਂ ਦੀ ਜਿਹੜੀ ਫਿਲਮ ਤੁਸੀਂ ਦੇਖੀ ਉਹ ਚ ਕਿਹੜਾ ਫੇਵਰਿਟ ਡਾਇਲੌਗ ਸੀ ਜਿਹੜਾ ਤੁਸੀਂ ਅੱਜ ਲਾਈਵ ਸੁਣਨਾ ਚਾਹੁੰਦੇ ਪਹਿਲੀ ਵਾਰ ਮਿਲੇ ਹੋ? ਇਹਨਾਂ ਦਾ ਨਾ ਗੋਡੇ ਗੋਡੇ ਚਾਹੇ ਆਖਰੀ ਡਾਇਲੌਗ ਸੀਗਾ, ਪਤਾ ਨਹੀਂ ਸੋਨਮ ਕੁਝ ਕਰਦੀ ਹੈ ਨੀਚੇ ਵਿਦ ਗੀਤਾ ਜੀ, ਐਂਡ ਦੈਨ ਇਹ ਕੁਝ ਕਹਿੰਦੇ ਆ ਕਿ ਅੱਛਾ ਆ ਪੌਣ ਰੰਗੇ ਸੀਗੇ ਮੇਰੇ ਪੱਲੇ ਔਰ ਸਮਥਿੰਗ ਲਾਈਕ ਦੈਟ, ਮੈਨੂੰ ਪੂਰਾ ਯਾਦ ਨਹੀਂ ਹੈ। ਯੂ ਰਿਮੈਂਬਰ ਦ ਵੇ ਹੀ ਸੈਡ ਇਟ ਇਜ਼ ਰੀਅਲੀ ਗੁੱਡ, ਮੈਨੂੰ ਡਾਇਲੌਗ ਨਹੀਂ ਆ ਰਿਹਾ। ਉਹ ਕਹਿੰਦਾ ਕਹਿੰਦਾ ਹਾਏ ਉਹ ਰੱਬਾ ਆ ਟੂਮ ਮੇਰੇ ਗਲ ਪਾਉਣ ਲੱਗੇ ਸੀਗੇ, ਫਸ ਗਏ ਯਾਰ ਰੱਬਾ। ਟੂਮ ਟੂਮ ਆ ਟੂਮ, ਇਹ ਕੁਦਰਤੀ ਆ ਰੱਖਿਆ ਮੇਰੇ। ਟੂਮ ਦਾ ਮਤਲਬ
ਤੂੰ ਮਤਲਬ ਸਿਆਪਾ ਨਹੀਂ ਮਤਲਬ ਕਿ ਜਿਵੇਂ ਤੁਹਾਡੇ ਇਅਰਿੰਗਸ ਗਾਨੀ ਉਹ ਟੂਮਾਂ ਹੁੰਦੀਆਂ ਨੇ ਓਹ ਲਾਈਕ ਜੂਲੀ ਗੋਡੇ ਗੋਡੇ ਚਾਚੇ ਨਾਲ ਤਾਂ ਵਿਆਹ ਤਾਂ ਬੜਾ ਔਖਾ ਹੋਇਆ ਸੀਗਾ ਬਹੁਤ ਔਖਾ ਹੋਇਆ ਜੀ ਅਸਲ ਜ਼ਿੰਦਗੀ ਚ ਵੀ ਉਹ ਵੀ ਹੋ ਰਿਹਾ ਜੀ ਫਿਰ ਪੁੱਛਣ ਲੱਗੀ ਸੀ ਕਿ ਅਸਲ ਜ਼ਿੰਦਗੀ ਦਾ ਕੀ ਹਾਲ ਚਾਲ ਉਹਨਾਂ ਨੇ ਆਪ ਹੀ ਕਹਿਤਾ ਕਿ ਅਸਲ ਜ਼ਿੰਦਗੀ ਚ ਕਰਦੇ ਲੱਭਦੇ ਪਏ ਲੱਗਦਾ ਬਹੁਤ ਤੰਗ ਆ ਜੀ ਮੈਂ ਸਪੈਸ਼ਲ ਇੰਟਰਵਿਊ ਕਰਾਂਗੇ ਕਿਸੇ ਦਾ ਲੰਬਾ ਟੌਪਿਕ ਹੈ ਨਹੀਂ ਆਪਾਂ ਇੱਥੇ ਲੈ ਤੁਸੀਂ ਸਾਨੂੰ ਦੱਸੋ ਤੇ ਸਾਰੇ ਲੋਕ ਹੈਗੇ ਕੋਈ ਨਾ ਕੋਈ ਸਾਨੂੰ ਕਹਿ ਰਿਹਾ ਮੈਂ ਤੁਹਾਨੂੰ ਜਾਣਦੀ ਹੁਣੇ ਦੁੱਖ ਸੁਣਾ ਕੇ ਜਾਊਂਗਾ ਜੀ ਹੁਣ You did a beautiful dance. That was not beautiful, that was awkward. Was it? ਸਾਨੂੰ ਤਾਂ ਨਹੀਂ ਲੱਗਾ, ਸਾਨੂੰ ਤਾਂ ਬਹੁਤ ਸੋਹਣਾ ਲੱਗਾ। ਫਿਰ ਉਹ ਫਿਰ ਫਿਰ ਉਹ ਸਾਡੀ ਐਕਟਰ ਦੀ ਕੁਆਲਿਟੀ ਹੈ ਨਾ ਕਿ ਅਸੀਂ ਔਕਵਰਡ ਨਹੀਂ ਲੱਗਣ ਦਿੰਦਾ। ਕੋਈ ਤੇ ਐਕਟ ਕਰਕੇ ਦੇਖੋ। For more such interesting behind the scenes moments, keep watching PDC Punjabi.